ਪਹੁੰਚ ਗਏ ਜੀ ਐਸਐਮ ਗਰਾਂਗ ਪੈਟਰੋਲ ਸਟੇਸ਼ਨ ਵੇਖੋ ਤੁਸੀਂ ਬੋਟਸ ਵਗੈਰਾ ਲੈ ਕੇ ਤੁਸੀਂ ਉਹਦਾ ਟੂਰ ਕਰ ਸਕਦੇ ਹੋ ਇੱਕ ਘੰਟੇ ਦਾ ਟੂਰ ਹੁੰਦਾ ਉਹਦੇ ਤਕਰੀਬਨ 700 ਕਰੋਨ ਦੱਸ ਰਿਹਾ ਸੀ ਹੁਣ ਤੁਹਾਨੂੰ ਲੈ ਕੇ ਚੱਲਣੇ ਆ ਜਿਹੜਾ ਅਸਲ ਵਿਊ ਪੁਆਇੰਟ ਹੈ ਅਸਲਾਮ ਵਾਲੀਕੁਮ ਵੈਲਕਮ ਬੈਕ ਟੂ ਅਨਦਰ ਵਲੋਗ ਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਨੋਰਵੇ ਦੇ ਟੂਰ 'ਤੇ ਨਿਕਲੇ ਹਾਂ ਇਸ ਟਾਈਮ ਅਸੀਂ ਗਰਾਂਗਰ ਜਾ ਰਹੇ ਹਾਂ ਅਤੇ ਗਰਾਂਗਰ ਦੇ ਰਸਤੇ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਕਿਸਮ ਦੀ ਵਾਟਰਫਾਲ ਆਉਂਦੀ ਹੈ ਤੁਹਾਨੂੰ ਪਹਿਲੇ ਉਹ ਦਿਖਾਉਂਦੇ ਹਾਂ ਫਿਰ ਅਗਲਾ ਸਫ਼ਰ ਆਪਣਾ ਸ਼ੁਰੂ ਕਰਾਂਗੇ ਗਰਾਂਗਰ ਦਾ ਸੱਟ ਪਏ ਯਾਰ ਬੜੇ ਲੋਕ ਅਕਲਮੰਦ ਨੇ ਲਓ ਜੀ ਹੁਣ ਅਸੀਂ ਯੈਲ ਦਾਲਨ ਤੋਂ ਨਿਕਲ ਚੁੱਕੇ ਹਾਂ ਗਰਾਂਗਰ ਦੇ ਵਾਸਤੇ ਅਤੇ ਰਸਤੇ 'ਤੇ ਤੁਹਾਨੂੰ ਖੂਬਸੂਰਤ ਨਜ਼ਾਰੇ ਦਿਖਾਉਂਦੇ ਜਾਵਾਂਗੇ ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਜ਼ਰੂਰ ਆਪਣੇ ਦੋਸਤਾਂ ਯਾਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਚੈੱਕ ਕਰੋ ਹਾਲੇ ਤੱਕ ਬਰਫ਼ਾਂ ਪਈਆਂ ਨੇ ਇੱਥੇ ਬਹੁਤ ਖੂਬਸੂਰਤ ਵਿਊਜ਼ ਨੇ ਤੁਸੀਂ ਅੱਗੇ ਦੇਖੀ ਚੱਲਿਓ ਗਰਾਂਗਰ ਇੱਕ ਬਹੁਤ ਹੀ ਛੋਟਾ ਬਿਹਤਰੀਨ ਕਿਸਮ ਦਾ ਟੂਰਿਸਟ ਵਿਲੇਜ ਹੈ ਜੋ ਕਿ ਵੈਸਟਰਨ ਪਾਰਟ ਆਫ ਨਾਰਵੇ 'ਚ ਹੈ ਅਸੀਂ ਪਹੁੰਚ ਗਏ ਜੀ ਐਸਐਮ ਗਰਾਂਗਰ ਗਰਾਂਗਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਦੇਖਣ ਦੇ ਕਾਬਿਲ ਨੇ ਅਸੀਂ ਸਭ ਤੋਂ ਪਹਿਲੇ ਪੁਆਇੰਟ 'ਤੇ ਪਹੁੰਚ ਚੁੱਕੇ ਹਾਂ ਤੁਹਾਨੂੰ ਹੁਣ ਦਿਖਾਵਾਂਗੇ ਇੱਥੇ ਬਿਹਤਰੀਨ ਕਿਸਮ ਦਾ ਪੁਆਇੰਟ ਹੈ ਇਸ ਤੋਂ ਅੱਗੇ 2-3 ਪੁਆਇੰਟ ਹੋਰ ਵੀ ਨੇ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਇਹ ਦੇਖੋ ਬੱਸਾਂ ਆਈਆਂ ਹੋਈਆਂ ਨੇ ਬਾਕਾਇਦਾ ਟੂਰਿਸਟਾਂ ਦੀਆਂ ਅਤੇ ਪੂਰੇ ਯੂਰਪ ਦੇ ਵਿੱਚੋਂ ਟੂਰਿਸਟ ਆਉਂਦੇ ਨੇ ਪੂਰੇ ਬਲਕਿ ਪੂਰੀ ਦੁਨੀਆ 'ਚੋਂ ਆਉਂਦੇ ਨੇ ਬਹੁਤ ਜ਼ਿਆਦਾ ਰਸ਼ ਹੁੰਦਾ ਇਹਨੂੰ ਗਰਾਂਗਰ 'ਚ ਨਾ ਇਹ ਸਾਰੀਆਂ ਚੀਜ਼ਾਂ ਕਰਨ ਵਾਲੀਆਂ ਨੇ ਫਿਊਰ ਸਾਈਟ ਸੀਇੰਗ ਹੈਗੀ ਹੈ ਕਜਾਕ ਹੈਗੀ ਇਲੈਕਟ੍ਰਿਕ ਬਾਈਕਸ ਹੈਗੀਆਂ ਨੇ ਹਾਈਕਸ ਨੇ ਰਿਪ ਟੂਰਸ ਹੈ RIB ਟੂਰ ਜਿਹੜਾ ਉਹ ਬੋਟ ਜੀ 'ਤੇ ਲੈ ਕੇ ਜਾਂਦੇ ਨੇ ਵਿਊ ਪੁਆਇੰਟਸ ਵਗੈਰਾ ਨੇ ਮਤਲਬ ਇੰਨਾ ਕੁਛ ਹੈ ਕਿ ਤੁਸੀਂ ਕਰ ਸਕਦੇ ਹੋ ਇੱਕ ਦਿਨ ਪੂਰਾ ਮਤਲਬ ਤੁਹਾਡਾ ਅੱਛਾ ਗੁਜ਼ਰ ਜਾਏਗਾ ਆਹ ਚੈੱਕ ਕਰੋ ਇਹਨਾਂ ਨੇ ਨਾ ਲਾਈ ਹੋਈ ਹੈ ਤਾਰਾਂ ਜੀਆਂ ਲਾਈਆਂ ਨੇ ਤਾਂ ਕਿ ਸੇਫਟੀ ਰਹੇ ਕੋਈ ਬੰਦਾ ਡਿੱਗੇ ਡੁੱਗੇ ਨਾ ਇੱਥੇ ਆਹ ਚੈੱਕ ਕਰੋ ਜੀ ਇਸ ਪੁਆਇੰਟ ਤੋਂ ਨਜ਼ਰ ਆਉਂਦਾ ਜੀ ਇਹ ਥੱਲੇ ਵਾਲਾ
ਸ਼ਹਿਰ ਵਾਲਾ ਇਲਾਕਾ ਜਿਹੜਾ ਸਾਰਾ, ਇੱਥੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ। ਇਸ ਤੋਂ ਪਹਿਲੇ ਇੱਕ ਹੋਰ ਪੁਆਇੰਟ ਆਏਗਾ, ਉੱਥੇ ਵੀ ਲੈ ਕੇ ਚੱਲਾਂਗੇ। ਉਸ ਤੋਂ ਬਾਅਦ ਫਿਰ ਇੱਕ ਟੌਪ ਦਾ ਪੁਆਇੰਟ ਹੈ, ਉੱਥੇ ਵੀ ਲੈ ਕੇ ਚੱਲਾਂਗੇ ਤੁਹਾਨੂੰ। ਨੋਰਵੇ ਡੈਫੀਨੇਟਲੀ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਨੋਰਵੇ ਥੋੜ੍ਹਾ ਐਕਸਪੈਂਸਿਵ ਹੈ। ਕਮ ਅਜ਼ ਕਮ ਕੋਈ ਇੱਕ ਇਹੋ ਜਿਹੀ ਐਕਟੀਵਿਟੀ ਜ਼ਰੂਰ ਕਰੋ ਜਿਹੜਾ ਤੁਹਾਡਾ ਦਿਨ ਯਾਦਗਾਰ ਰਹੇ। ਆਹ ਸੂਰਜ ਵੀ ਅੱਜ ਅੱਖ ਖੋਲੀ ਹੈ। ਜਰਮਨੀ ਦਾ ਆਇਆ ਹੋਇਆ। ਪੈਟਰੋਲ ਸਟੇਸ਼ਨ ਵੇਖੋ ਤੁਸੀਂ, ਆਹ ਚੈੱਕ ਕਰੋ। ਅਸੀਂ ਹੁਣ ਗਰਾਂਗਰ ਮੇਨ ਸਿਟੀ ਦੇ ਵਿੱਚ ਆਏ ਹੋਏ ਹਾਂ, ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਬਿਹਤਰੀਨ ਕਿਸਮ ਦਾ ਇੱਕ, ਜਿਹੜਾ ਅਸੀਂ ਕਲਰ ਲਾਈਨ ਗਿਆ ਸੀ ਜਰਮਨੀ, ਉਸ ਤੋਂ ਵੀ ਵੱਡਾ ਬੋਟ ਕਰੂਜ਼ ਦਿਖਾਉਂਦੇ ਹਾਂ। ਜਿੱਥੇ ਤੱਕ ਮੇਰਾ ਖਿਆਲ, ਇਹ ਜਰਮਨੀ ਦਾ ਕਰੂਜ਼ ਹੈ ਅਤੇ ਬਹੁਤ ਵੱਡਾ ਕਰੂਜ਼ ਹੈ। ਜਿਹੜਾ ਅਸੀਂ ਜਰਮਨੀ ਗਏ ਸੀ ਨਾ, ਉਹਦੇ ਨਾਲੋਂ ਵੀ ਵੱਡਾ ਕਰੂਜ਼ ਹੈ। ਤਕਰੀਬਨ ਹਰ ਕਮਰੇ ਨਾਲ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ, ਹਰ ਕਮਰੇ ਦੇ ਨਾਲ ਬਾਲਕਨੀ ਹੈ। ਬਹੁਤ ਵੱਡਾ ਕਰੂਜ਼ ਹੈ। ਕਿਹਾ ਜੇ ਗਰਾਂਗਰ ਆਏ ਹੋਏ ਨੇ ਟੂਰਿਸਟ ਸਾਰੇ, ਅੱਜ ਕਰੋ ਬੱਸਾਂ ਵੀ ਆਈਆਂ ਹੋਈਆਂ। ਅੱਛਾ ਕਰੋ ਟੂਰਿਸਟ ਕਿੰਨੇ ਨੇ ਇੱਥੇ। ਦੇਖੋ ਇਹ ਬੋਟਸ ਵਗੈਰਾ ਜਾਂਦੀਆਂ ਜਿਹੜੇ ਤੁਹਾਨੂੰ ਪੂਰਾ ਟੂਰ ਕਰਾਉਂਦੇ ਨੇ। ਇੱਥੇ ਵੀ ਇਹਦੀ ਡਿਟੇਲ ਲੱਗੀ ਹੋਈ ਆ ਗਰਾਂਗਰ ਦੀ, ਵਾਟਰਫਾਲ ਹਾਈਕ। ਇਹ ਹੁਣ ਲੋਕ ਵਾਪਸ ਜਾ ਰਹੇ ਨੇ ਜਰਮਨੀ ਦੇ ਕਰੂਜ਼ ਦੇ ਵਿੱਚ। ਇਹ ਦੇਖੋ ਚੈਕਿੰਗ ਹੋ ਰਹੀ ਇਹਨਾਂ ਦੀ, ਬੋਰਡਿੰਗ ਪਾਸਿਸ ਚੈੱਕ ਹੋ ਰਹੇ ਨੇ। ਇਹ ਸਾਰੀ ਆਵਾਮ ਜਿਹੜੀ ਨਾ ਵਾਪਸ ਅੰਦਰ ਬੋਰਡਿੰਗ ਪਾਸ ਦਿਖਾ ਕੇ ਉਹ ਜਾ ਰਹੀ ਅੰਦਰ ਬੋਰਡ ਆਪਣੀ ਕਰੂਜ਼ ਦੇ ਵਿੱਚ। ਇੱਥੇ ਕਾਫੀ ਕਿਸਮ ਦੀ ਐਕਟੀਵਿਟੀਜ਼ ਨੇ ਕਰਨ ਨੂੰ। ਇੱਕ ਤਾਂ ਇੱਥੇ ਬੋਟਸ ਵਗੈਰਾ ਲੈ ਕੇ ਤੁਸੀਂ ਉਹਦਾ ਟੂਰ ਕਰ ਸਕਦੇ ਹੋ, ਇੱਕ ਘੰਟੇ ਦਾ ਟੂਰ ਹੁੰਦਾ ਉਹਦੇ, ਤਕਰੀਬਨ 700 ਕਰੋਨ ਦੱਸ ਰਿਹਾ ਸੀ। ਅਤੇ ਦੂਸਰਾ ਜਿਹੜਾ ਨਾ ਉਹ ਇੱਥੇ ਇਹਨਾਂ ਦੇ ਇੱਕ ਨੋਰਵੀਜ਼ੀਅਨ ਮਿਊਜ਼ੀਅਮ ਜਿਹਾ, ਉਹਦਾ ਵੀ 150 ਕਰੋਨ ਕੋਈ ਟਿਕਟ ਹੈ ਇੱਕ ਬੰਦੇ ਦੀ। ਆਹ ਦੇਖੋ ਇਹਨਾਂ ਦਾ ਗੋਲਡ ਟਰੱਕ ਖੜਾ, ਟਰੈਕਟਰ। ਇਹ ਜੀ ਦੇਖੋ ਟੈਕਸ ਫਰੀ ਸ਼ੋਪ ਸਕੈਂਡੀਨੇਵੀਅਨ ਐਕਸਪਲੋਰਰ। ਇਹਦੇ ਜੀ ਛੋਟੀਆਂ ਛੋਟੀਆਂ ਇਹਨਾਂ ਨੇ ਉਹ ਬਣਾਈਆਂ ਹੋਈਆਂ ਚੀਜ਼ਾਂ, ਜਿਹੜੇ ਸੁਵੀਨੀਅਰਸ ਵਗੈਰਾ ਹੁੰਦੇ ਨੇ ਉਹ ਲੈ ਸਕਦੇ ਹੋ ਤੁਸੀਂ, ਕੱਚੇ ਨੇ ਜੈਕਟਾਂ ਜਰਸੀਆਂ ਨੇ। ਫਿਰ ਇਹ ਕੌਫੀ ਸ਼ੋਪ ਬਾਰ ਵਗੈਰਾ। ਇਹ ਦੇਖੋ ਇੱਕ ਇੱਥੋਂ ਇਹ ਛੋਟੀਆਂ ਦੂਸਰੀਆਂ ਬੋਟਾਂ ਜਾਂਦੀਆਂ ਨੇ, ਇਹਨਾਂ ਦੀਆਂ ਵੀ ਟਿਕਟਾਂ ਤੁਸੀਂ ਲੈ ਸਕਦੇ ਹੋ, ਅਤੇ ਇਹ ਵੀ ਇੱਕ ਐਕਸਪੀਰੀਅੰਸ ਅੱਛਾ ਹੁੰਦਾ। ਅਸੀਂ ਦੇਖਦੇ ਹਾਂ ਜਾ ਕੇ ਪਤਾ ਕਰਨੇ ਹਾਂ, ਕਿਉਂਕਿ ਅਸੀਂ ਇੱਕ ਘੰਟੇ ਦਾ ਟੂਰ ਕਰ ਨਹੀਂ ਸਕਦੇ ਜਿਹਦੀ ਵਜ੍ਹਾ ਤੋਂ ਅਸੀਂ ਉੱਧਰ ਨਹੀਂ ਗਏ। ਇਹਦਾ ਪਤਾ ਕਰ ਲੈਂਦੇ ਹਾਂ ਕਿ ਇਹਦਾ ਕੀ ਪ੍ਰਾਈਸ ਹੈ ਅਤੇ ਇਹਦਾ ਕੀ ਟਾਈਮਿੰਗ ਹੈ, ਅਤੇ ਅਗਰ ਤਾਂ ਛੋਟਾ ਮੋਟਾ ਟੂਰ ਹੋਇਆ ਤਾਂ ਆਪਾਂ ਉਹ ਕਰ ਲਾਂਗੇ। ਲੇਕਿਨ ਗਰਾਂਗਰ ਬੈਸਟ ਪਲੇਸ ਹੈ ਜੀ, ਵਿਜ਼ਿਟ ਕਰਨਾ ਹੋਏ ਨਾ ਕਿਸੇ ਕੋਲ, ਅਗਰ ਟਾਈਮ ਹੋਏ ਆ ਸਕਦਾ ਹੋਏ ਤਾਂ ਜ਼ਰੂਰ ਆਏ, ਰਿਕਮੈਂਡਿਡ ਹੈ। ਬਿਹਤਰੀਨ ਜਗ੍ਹਾ, ਬਹੁਤ ਖੂਬਸੂਰਤ, ਬਹੁਤ ਜ਼ਿਆਦਾ ਪੁਆਇੰਟਸ ਹਨ ਜਿੱਥੇ ਤੁਸੀਂ ਜਾ ਸਕਦੇ ਹੋ। ਦੇਖੋ
ਇੱਕ ਘੰਟੇ ਦਾ ਟੂਰ ਹੈ ਅਤੇ ਇਹਦਾ ਵੀ ਉਹ ਦੱਸ ਰਹੇ ਨੇ 695 ਕਰਵਾਉਣੀ ਹੈ। ਇਸ ਟਾਈਮ ਹੁਣ ਜਿਹੜੀ ਜਾ ਰਹੀ ਬੋਟ ਉਹ ਫੁੱਲ ਹੈ, ਅਗਲੀ ਉਹ ਕਹਿੰਦੇ ਨੇ 1 ਘੰਟੇ ਬਾਅਦ ਜਾਏਗੀ ਅਤੇ ਅਸੀਂ 1 �ਘੰਟਾ ਇੱਥੇ ਇੰਤਜ਼ਾਰ ਤਾਂ ਨਹੀਂ ਕਰ ਸਕਦੇ, ਇਸ ਵਾਸਤੇ ਅਸੀਂ ਹੁਣ ਅੱਗੇ ਜਿਹੜਾ ਦੂਸਰਾ ਪੁਆਇੰਟ ਉੱਥੇ ਜਾ ਰਹੇ ਹਾਂ ਅਤੇ ਇਨ ਸ਼ਾ ਅੱਲਾ ਫਿਰ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਨੋਰਵੇ ਦੇ ਵਿੱਚ ਸਭ ਤੋਂ ਜ਼ਿਆਦਾ ਮਸਲਾ ਜਿਹੜਾ ਨਾ ਉਹ ਤੁਹਾਨੂੰ ਇਹਨਾਂ ਟੂਰਿਸਟ ਪੁਆਇੰਟਸ 'ਤੇ ਜਾਂ ਇਹਨਾਂ ਜਗ੍ਹਾ 'ਤੇ ਤੁਹਾਨੂੰ ਇਹ ਇਸ਼ੂ ਹੋਏਗਾ ਕਿ ਤੁਹਾਨੂੰ ਹਲਾਲ ਖਾਣਾ ਬਹੁਤ ਮੁਸ਼ਕਿਲ ਨਾਲ ਦਸਤਿਆਬ ਹੋਏਗਾ। ਲਓ ਜੀ, ਫਿਰ ਭੁੱਖ ਲੱਗ ਗਈ ਸੀ ਬਹੁਤ ਜ਼ਿਆਦਾ ਟੁੱਟ ਟੁਰ ਕੇ ਅਤੇ ਫਿਰ ਅਸੀਂ ਇੱਕ ਪੀਜ਼ਾ ਔਡਰ ਕੀਤਾ ਜੋ ਕਿ ਵੈਜੀਟੇਬਲ ਪੀਜ਼ਾ ਤੁਹਾਨੂੰ ਨਜ਼ਰ ਆ ਗਿਆ ਹੋਏਗਾ। ਲਓ ਜੀ, ਅਸੀਂ ਇਸ ਟਾਈਮ ਆ ਗਏ ਹਾਂ ਗੈਰਾਂਗਰ ਦੀ ਇੱਕ ਬਹੁਤ ਹੀ ਪਿਆਰੀ ਜੀ ਜਗ੍ਹਾ ਹੈ, ਇਹਦਾ ਨਾਮ ਹੈ ਓਰਨਿਸ ਵਿੰਗਨ। ਇੱਥੇ ਆਏ ਹੁਣ ਤੁਹਾਨੂੰ ਦਿਖਾਉਂਦੇ ਹਾਂ, ਇੱਥੇ ਛੋਟੀ ਜਿਹੀ ਵਾਟਰਫਾਲ ਵੀ ਹੈ ਅਤੇ ਫਿਰ ਇੱਕ ਬਹੁਤ ਹੀ ਬਿਹਤਰੀਨ ਵਿਊ ਪੁਆਇੰਟ ਹੈ ਉਹ ਦਿਖਾਉਂਦੇ ਹਾਂ। ਇੱਕ ਛੋਟੀ ਜਿਹੀ ਆਬਸ਼ਾਰ ਜੀ ਸੀ, ਬਿਲਕੁਲ ਮਜ਼ਾਕ ਜਿਹਾ ਸੀ ਲੇਕਿਨ ਬੜੀ ਖੂਬਸੂਰਤ ਲੱਗਦੀ ਹੈ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹੜਾ ਅਸਲ ਵਿਊ ਪੁਆਇੰਟ ਹੈ ਸਵਿੰਗਨ। ਇਹ ਗੈਰਾਂਗਰ ਥਰੋਸਟਿਕਨ, ਇਹਨਾਂ ਦੀ ਸਾਰੀ ਡਿਟੇਲ ਲਿਖੀ ਹੋਈ ਹੈ। ਇਹ ਦੇਖੋ, ਅਸੀਂ ਇੱਥੇ ਵੀ ਗਏ ਸੀ ਕੱਲ੍ਹ, ਯਾਦ ਹੋਏਗਾ ਤੁਹਾਨੂੰ ਪਿਛਲੇ ਵਲੋਗ 'ਚ ਦਿਖਾਇਆ ਸੀ ਇਹ ਵਾਲਾ ਏਰੀਆ। ਇਹ ਦੇਖੋ ਜੀ, ਕਚਰਾ ਵਗੈਰਾ ਡਿਸਪੋਜ਼ ਕਰਨ ਵਾਸਤੇ ਇਹਦੇ 'ਚ ਬੋਤਲਾਂ ਛੋਤਲਾਂ ਸੁੱਟ ਸਕਦੇ ਹਾਂ, ਇਹਦੇ 'ਚ ਜੋ ਮਰਜ਼ੀ ਛੋਟੀ ਮੋਟੀ ਚੀਜ਼ ਸੁੱਟੋ, ਇਹਦੇ 'ਚ ਅਗਰ ਕੋਈ ਕਾਗਜ਼ ਕੁਗਜ਼ ਦੇ ਉਹ ਸੁੱਟ ਸਕਦੇ ਹੋ। ਸੈਟਅਪ ਬਣਾਇਆ ਅਤੇ ਹਾਂਜੀ ਜੀ, 1000 ਮੀਟਰ ਸਮੁੰਦਰ ਦੀ ਸਤ੍ਹਾ ਤੋਂ ਉੱਤੇ ਆ ਗਏ ਅਸੀਂ। ਖੂਬਸੂਰਤੀ ਤਾਂ ਤੁਹਾਨੂੰ ਪਤਾ ਹੀ ਹੈ। ਫਿਰ ਆਏ ਹਾਏ ਹਾਏ, ਹਾਲੇ ਤੱਕ ਬਰਫ਼ ਚੈੱਕ ਕਰੋ ਕਿੰਨੀ ਕਿੰਨੀ ਬਰਫ਼ ਪਈ ਜਾਂਦੇ ਵੀ। ਉਹ ਬਈ ਮੇਰੇ ਪਿਆਰੇ ਭੈਣ ਭਾਈਓ, ਅਸੀਂ ਇਸ ਟਾਈਮ ਨਿਕਲ ਚੁੱਕੇ ਹਾਂ ਗੈਰਾਂਗਰ ਤੋਂ ਅਤੇ ਅਸੀਂ ਹੁਣ ਚੱਲੇ ਹਾਂ ਓਸਲੋ ਨੂੰ ਅਤੇ ਰਸਤੇ 'ਤੇ ਤੁਹਾਨੂੰ ਖੂਬਸੂਰਤ ਮਨਾਜ਼ਰ ਦਿਖਾਉਂਦੇ ਜਾਵਾਂਗੇ ਨਾਲੋ ਨਾਲ।
ਓਸਲੋ ਤਕਰੀਬਨ ਕੋਈ 200 ਕਿਲੋਮੀਟਰ ਰਹਿ ਗਏ ਆ ਅਤੇ ਅਸੀਂ ਗੱਡੀ ਚਾਰਜਿੰਗ ਕਰਨ ਲੱਗੇ ਹਾਂ ਅਤੇ ਇਹ ਚੈੱਕ ਕਰੋ ਕਿੱਡਾ ਖੂਬਸੂਰਤ ਛੋਟਾ ਜਿਹਾ ਇੱਕ ਸ਼ਹਿਰ ਜਿਹਾ ਹੈ ਅਤੇ ਰਾਤ ਦੇ ਤਕਰੀਬਨ 10:30 ਦਾ ਟਾਈਮ ਹੈ ਅਤੇ ਆਵਾਮ ਫੁੱਲ ਸੁੱਤੀ ਹੈ। ਚਲੋ ਜੀ, ਅਤੇ ਉਮੀਦ ਕਰਨੇ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਹੋਏਗਾ ਅਤੇ ਇਸ ਵਲੋਗ ਦੇ ਨਾਲ ਹੀ ਸਾਡਾ ਨੋਰਵੇ ਦਾ ਟੂਰ ਖਤਮ ਹੁੰਦਾ ਹੈ ਜੀ। ਅਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਦੂਸਰੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦੇਣਾ, ਮਿਹਰਬਾਨੀ ਹੋਏਗੀ। ਦੁਆਵਾਂ 'ਚ ਯਾਦ ਰੱਖਿਓ, ਖੁਸ਼ ਰਹੋ ਅਤੇ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ ਅਤੇ ਇਨਸ਼ਾ ਅੱਲਾਹ ਮੁਲਾਕਾਤ ਹੋਏਗੀ ਨਵੇਂ ਵਲੋਗਸ ਦੇ ਨਾਲ। ਅੱਲਾਹ ਹਾਫਿਜ਼।